ਮਾਮਾ ਦੀ ਸੱਜਣ ਨਾਲ ਖਾ ਰਿਹਾ ਹੈਗਾ ਚਾਵਲ ਸੱਜੇ ਇਹ ਸੱਤ ਨਕ ਇਹਦੇ ਨਕ ਹਾਂਜੀ ਸ਼ਾਬਾਸ਼ ਪਿਆਰਾ ਬੇਟਾ ਰਹਿਮਾਨ ਰਹੀਮ ਅਸਲਾਮ ਵਾਲੇਕੁਮ ਕੀ ਹਾਲ ਚਾਲ ਹੈ ਮੇਰੇ ਤਮਾਮ ਭੈਣ ਭਾਈਆਂ ਦੀ ਉਮੀਦ ਕਰਨਾ ਸਾਰੇ ਠੀਕ ਹੋਣਗੇ ਜਿੱਥੇ ਵੀ ਉਹ ਖੁਸ਼ ਰਹੋ ਬਾਦ ਰਹੋ ਹਮੇਸ਼ਾ ਵਸਦੇ ਵਸਦੇ ਰਹੋ ਅਲਹਮਦੁਲਿਲਾ ਸ਼ੁਕਰ ਅਲਹਮਦੁਲਿਲਾ ਬਿਲਕੁਲ ਠੀਕ ਹੈ ਪਹਿਲਾਂ ਕਮ ਜੀ ਨੇ ਵੀ ਲਾ ਕੇ ਤਮਾਮ ਭੈਣ ਭਾਈ ਨੂੰ ਖੁਸ਼ਾਮਦੀਦ ਕਹਿੰਦੇ ਟਾਈਮ ਚੋਣ ਹੋ ਗਿਆ ਦਿਨ ਮਾਸ਼ਾਅੱਲਾ ਜਿਨ ਇੱਥੇ ਪਹੁੰਚ ਗਿਆ ਅਤੇ ਮਾਸ਼ਾਅੱਲਾ ਜਿਨ ਅੱਜ ਇੱਥੇ ਲਗਾਇਆ ਬੂਟਾ ਇੱਕ ਸ਼ਤੂਤ ਦਾ ਕਿਉਂ ਕਹਿੰਦਾ ਪੂਰਾ ਇਸ ਤੋਂ ਉਤਾ ਹੋਣੀ ਹੈਗੀ ਤਦ ਕਰਕੇ ਜਿਹਨਾ ਮੈਂ ਆਖਿਆ ਕਿ ਜਿਹਨਾ ਥੋੜ੍ਹਾ ਉਚਾਰ ਕੇ ਮਜ਼ੀਦ ਇਸ ਟਾਈਮ ਪੂਰਾ ਹੋਈ ਜਿੱਦਾਂ ਤਾਂ ਗਿੱਲਾ ਗਿੱਲਾ ਨਜ਼ਰ ਆ ਰਿਹਾ ਤਕਰੀਬਨ ਇਤਨੀ ਪੂਰਾ ਹੀ ਹੋਣੀ ਹੈ ਅਤੇ ਸੈੱਟ ਹੋ ਜਾਣਾ ਬਾਕੀ ਮਾਸ਼ਾਅੱਲਾ ਜਿਹਨਾ ਅੱਛਾ ਖਾਸਾ ਇੱਕ ਉਮੀਦ ਅਗਲੀਆਂ ਗਰਮੀਆਂ ਜਿਹਨਾਂ ਛਾਂ ਚੰਗੀ ਬਲੀ ਦੇਵੇਗਾ ਬਿਹਤਰੀ ਹੋਊ ਮਾਸ਼ਾਅੱਲਾ ਚੰਗਾ ਬਲਾ ਪਿਆਰਾ ਹੈ ਬਿਹਤਰੀਨ ਜ਼ਬਰਦਸਤ ਮਾਸ਼ਾਅੱਲਾ ਸ਼ਤੂਤ ਹੈਗਾ ਖਵਾਰੇ ਤੂਤ ਹੈਗਾ ਦੋਨੇ 'ਚ ਇੱਕ ਚੀਜ਼ ਹੈਗੀ ਹੈ ਉਹ ਕੋਈ ਲਿਆ ਅਤੇ ਮਾਰਕੀਟ ਵਾਲੇ ਬਾਈ ਨੇ ਸਾਰੀ ਮਾਰਕੀਟ ਲਗਾਇਆ ਹੈਗਾ ਅਤੇ ਮੈਂ ਆਖਿਆ ਜੇ ਬਾਅਦ ਜਿਹਨਾਂ ਖਾਂਦੀ ਜਗ੍ਹਾ ਤੁਸੀਂ ਮੈਨੂੰ ਦੇ ਦਿਓ ਮੈਂ ਵਿੱਚ ਲਾ ਲੈਂਦਾ ਤਾਂ ਥਾਂ ਆਏ ਬਾਅਦ ਜਿਸ ਟਾਈਮ ਜਿਹੜਾ ਕਿਸ਼ਤੀ ਮਸਟਾਲ ਉਸ ਟਾਈਮ ਜਿਹਨਾਂ ਫਰਾਂਸ ਆਪਣੇ ਕੋਲ ਤੁਹਾਨੂੰ ਲਾ ਕੇ ਦੇ ਦੇਵਾਂਗਾ ਹੁਣ ਇਸ ਤਰ੍ਹਾਂ ਕਰੋ ਕਿ ਜਿਹੜਾ ਤੁਸੀਂ ਮਤਲਬ ਇੱਥੇ ਬਾਹਰ ਲਗਾਉਣ ਲੱਗੇ ਉਹ ਮੈਨੂੰ ਦੇ ਦਿਓ ਮੈਂ ਅੰਦਰ ਲਗਾ ਲੈਂਦਾ ਇਸ ਕਰਕੇ ਜਿਹਨੇ ਤਾਂ ਅੰਦਰ ਲਗਾ ਦਿੱਤਾ ਚਲੋ ਭਾਈ ਇਮਰਾਨ ਹੋ ਰਹੇ ਨਾ ਇਹ ਸਾਰੇ ਲਗਾਇਆ ਨਿੰਮਾ ਪਿਲਕਣਾ ਇਸੇ ਤਰੀਕੇ ਨਾਲ ਅਤੇ ਇਸ ਕਰਕੇ ਮੈਂ ਜਿਹਨਾਂ ਤੁਸੀਂ ਮੈਨੂੰ ਦੇ ਦਿਓ ਜਿਵੇਂ ਇਸ ਤਰੀਕੇ ਬਾਹਰ ਲੱਗਣ ਇਹ ਵੀ ਬਾਹਰ ਲੱਗਣਾ ਮੈਂ ਕਿ ਮੈਂ ਬਾਅਦ 'ਚ ਲਗਾ ਦਾਂਗਾ ਜਿਸ ਟਾਈਮ ਮੇਰੀ ਮਿੱਟੀ ਸਟਿਸਟੀ ਹੈਗੀ ਉਸ ਟਾਈਮ ਦੇਖੋ ਦਿਨ ਮਾਸ਼ਾਅੱਲਾ ਬਿਲਕੁਲ ਜਿਹਨਾਂ ਖਰੂਬ ਹੋ ਗਿਆ ਬੇਗਮ ਧੋ ਰਹੀ ਹੈ ਬੱਚਿਆਂ ਦੇ ਕੱਪੜੇ ਵਗੈਰਾ ਹੁਣ ਜਿਹਨਾਂ ਚੱਲ ਕੇ ਜਿਹਨਾਂ ਬੇਗਮ ਖਾਣ ਲੱਗਿਆ ਕਿ ਪਿੰਜੇ ਇਹਨਾਂ ਬੂਟਾ ਛੁੱਟ ਜਿਹਾ ਲਗਾਇਆ ਹੈਗਾ ਮੈਂ ਗਿਆ ਸੀ ਅੱਡੇ 'ਤੇ ਉਹ ਤੋਂ ਜਿਹਨਾਂ ਬਾਈ ਨੂੰ ਮਿਲਣਾ ਮਿਲ ਕੇ ਆਇਆ ਵਾਪਸ ਹੁਣ ਜਿਹਨਾਂ ਚੱਲਣੇ ਆ ਮਰ ਜਿਹਨਾਂ ਸਾਡੇ ਕਾਫੀ ਜ਼ਿਆਦਾ ਜਿਹਨ ਹਫ਼ਤੇ ਪਿਆ ਗਿਆ ਕਿਉਂ ਤੁਹਾਨੂੰ ਦੱਸਿਆ ਗਿਆ ਕਿ ਦੂਸਰਾ ਦਿਨ ਆ ਗਿਆ ਕਿਉਂਕਿ ਅੱਗੇ ਮਾੜਾ ਮੋਟਾ ਹੁੰਦਾ ਆ ਗਿਆ ਬੱਚਿਆਂ ਦਾ ਜੇ ਨਾ ਖਰਚਾ ਟੁਰਿਆ ਹੋਇਆ ਆ ਗਿਆ ਅਤੇ ਤਦ ਕਰਕੇ ਲੇਕਿਨ ਹੁਣ ਜੇ ਨਾ ਬਿਲਕੁਲ ਸਮਝ ਲਓ ਸ਼ਟ ਡਾਊਨ ਕਰ ਦਿੱਤੀ ਹੈ ਕਿਉਂਕਿ ਨਾ ਸਮਾਨ ਵਗੈਰਾ ਕੋਈ ਨਹੀਂ ਆਏ ਜਿਹੜਾ ਆ ਗਿਆ ਫਿਰ ਉਹ ਗਾਰਜੀਅਨ ਥੋੜ੍ਹੇ ਥੋੜ੍ਹੇ ਕਰਕੇ ਸਬਜ਼ੀ ਤੌਰ 'ਤੇ ਇਸਤੇਮਾਲ ਕਰਦੇ ਰਹੇ ਬਾਕੀ ਜਿਵੇਂ ਤੁਹਾਨੂੰ ਪਤਾ ਕਿ ਛੋਟੇ ਛੋਟੇ ਕਾਫੀ ਸਾਰੇ ਕੰਮ ਆ ਲੈਣ ਦੇਣ ਉਹ ਕੀਤੇ ਆ ਗਿਆ ਬਿਜਲੀ ਕੋਲੇ ਪਤਾ ਨਹੀਂ ਹੈ ਲੇਕਿਨ ਮੈਂ ਕੱਲ੍ਹ ਵਾਲੇ ਮਤਲਬ ਦੂਸਰੇ ਚੈਨਲ 'ਤੇ ਵੀ ਦੱਸਿਆ ਆ ਗਿਆ ਇਸ ਚੈਨਲ 'ਤੇ ਦੱਸ ਰਿਹਾ ਕਿਉਂਕਿ ਨਾ ਭਾਈ ਨੇ ਕੱਲ੍ਹ ਆ ਕੇ ਜਿਹਨੇ ਬੜੀ ਬੇਇੱਜ਼ਤੀ ਵਗੈਰਾ ਕੀਤੀ ਹੈ ਕਿਉਂਕਿ ਨਾ ਆਹ ਵਾਲੀ ਬਾਰੀ ਇਹ ਵਾਲਾ ਕਾਊਂਟਰ ਇਹ ਜੇ ਇਹਨਾਂ ਸੇਲ ਕਰਨਾ ਹੈਗਾ ਜਿਸ ਭੈਣ ਭਾਈ ਨੇ ਕਰਕੇ ਉਸ ਮੇਰੇ ਰਿਸ਼ਤੇਦਾਰ ਨੇ ਵੀ ਲੈਣਾ ਹੋਵੇ ਲੈ ਸਕਦਾ ਜਾਂ ਮੁਨਾਸਿਬ ਦੇਣਾ ਦੇ ਦੇਵਾਂਗਾ ਕਿਉਂਕਿ ਨਾ ਮੈਂ ਇਹ ਉਤਾਰ ਹੀ ਚੁੱਕਿਆ ਹੈਗਾ ਉਹਨੂੰ ਭਾਈ ਨੂੰ ਦੇਣੇ ਨੇ ਪੈਸੇ ਅਤੇ ਕਿਉਂ ਲਾਜ਼ਮੀ ਸੇਲ ਕਰਨਾ ਹੈਗਾ ਠੀਕ ਹੈ ਨਾ ਕੋਈ ਆਸ ਉਮੀਦ ਹੈ ਕਿ ਕੋਈ ਸੋਰਸ ਆ ਗਿਆ ਉਹ ਬਸ ਇੰਨਾ ਸਮਝੋ ਕਿ ਖਤਮ ਹੋ ਗਿਆ ਮੇਰਾ ਤੇਰਾ ਕੁ ਬੰਦਾ ਹੁੰਦਾ ਕਿ ਦੇ ਦੇਵਾਂਗੇ ਲੈ ਕੇ ਜਿਵੇਂ ਸਭ ਕਿਤਾਬ ਉਹ ਫਿਨਿਸ਼ ਹੋ ਗਿਆ ਇਸ ਕਰਕੇ ਜੇ ਨੇ ਸੇਲ ਕਰਨਾ ਹੈ ਤਾਂ ਇਹ ਕਿਸੇ ਅਗਰ ਲੈਣਾ ਹੋਵੇ ਤਾਂ ਮੈਂ ਨੰਬਰ ਵਗੈਰਾ ਲਗਾ ਦਾਂਗਾ ਤੁਸੀਂ ਜਿਹਨਾਂ ਰਾਬਤਾ ਕਰਕੇ ਇਹ ਵਾਲਾ ਪੂਰਾ ਜਿਹੜਾ ਫਰੇਮ ਹੈਗਾ ਫਰੇਮ ਸ਼ੀਸ਼ੇ ਆ ਰਿਕਸ਼ਾ ਹੈ 8 mm ਦੇ ਸ਼ੀਸ਼ੇ ਹੈ ਵੀ ਅਤੇ 8 mm ਦਾ ਵੀ ਬੱਚੇ ਜਿਹਨਾਂ ਚੋਣ ਖਾ ਪੀ ਲੈਂਦੇ ਹਨ ਲੇਕਿਨ ਦੁਕਾਨ ਸ਼ਾਇਦ ਤੋਂ ਹਾਂਜੀ ਬੇਟਾ ਹਾਂਜੀ ਬੇਟਾ ਸ਼ਾਇਦ ਇੱਥੇ ਖਾਵਾਂਗੇ ਕੋਈ ਨਹੀਂ ਖਾਲੀ ਨੇ ਖਾਲੀ ਖਾਲੀ ਕਿਉਂਕਿ ਨਾ ਚੋਣ ਘਰ ਦਾ ਜਿਹਨਾਂ ਰੋਟੀ ਪਾਣੀ ਚੱਲਿਆ ਹੋਇਆ ਆ ਗਿਆ ਹਾਂਜੀ ਸਬਜ਼ੀ ਵਗੈਰਾ ਲੈ ਲੈਂਦੇ ਅਸੀਂ ਲੇਕਿਨ ਹੈਗਾ ਕਿ ਹਾਂਜੀ ਕੀ ਚਾ ਕੋਈ ਨਹੀਂ ਬੇਟਾ ਸ਼ਾਇਦ ਖਾਣ ਲਈ ਕੋਈ ਕੋਈ ਨਹੀਂ ਹੋਇਆ ਪਿਆ ਆ ਵੀ ਬੇਟਾ ਖਾ ਲਿਆ ਖਾ ਲਈ ਲੇਕਿਨ
ਲੇਕਿਨ ਇਹ ਕਿ ਤੁਹਾਨੂੰ ਦੱਸਿਆ ਗਿਆ ਕਿ ਮਾਸ਼ਾਅੱਲਾ ਜੀ ਨਾ ਅੱਲਾ ਨੇਕ ਬੰਦੇ ਨੇ ਥੋੜ੍ਹੇ ਬਹੁਤ ਜਿਹਾ ਨਾ ਦੁਕਾਨ ਦੇ ਸਮਾਨ ਪਵਾਇਆ ਸੀਗਾ, ਲੇਕਿਨ ਇਹ ਕਿ ਜਿਸ ਟਾਈਮ ਮੇਰੇ ਤੁਹਾਨੂੰ ਦੱਸਿਆ ਵੀਡੀਓ ਡੈਥ ਹੋਈ ਉਸ ਟਾਈਮ ਇੰਨਾ ਫਿਰ ਉਹ ਮੈਂ ਸਾਰਾ ਰੋਟੀ ਪਾਣੀ ਕੀਤਾ ਮਹਿਮਾਨਾਂ ਦਾ ਸਾਗ ਵਗੈਰਾ ਲਿਆ ਅਤੇ ਸਮਾਨ ਭੇਜ ਕੇ ਅਤੇ ਉਹ ਪੂਰਾ ਕੀਤਾ ਆ ਗਿਆ। ਕੰਡਾ ਹੀ ਬਾਕੀ ਮੇਰਾ ਖਰਾਬ ਹੋਇਆ, ਉਹ ਵੀ ਜੇ ਨਾ ਰਿਪੇਅਰ ਕੋਈ ਕਰਵਾਇਆ, ਹਾਜ਼ਰ ਮੌਕੇ ਇਸਤੇਮਾਲ ਕਰ ਰਹੇ। ਬਸ ਦੁਆ ਕਰੋ, ਸਾਡੀਆਂ ਦੁਆ ਹਮੇਸ਼ਾ ਤੁਹਾਡੇ ਨਾਲ ਹੈ। ਅੱਲਾ ਪਾਕ ਮੇਰੇ ਭੈਣ ਭਾਈ ਜੇ ਦੇਖ ਰਿਹਾ, ਅੱਲਾ ਪਾਕ ਤਮਾਮ ਦੇ ਹਾਲਤ ਕਰਮ ਫਰਮਾਵੇ, ਤਮਾਮ ਦੀਆਂ ਪਰੇਸ਼ਾਨੀਆਂ ਦੂਰ ਕਰੇ, ਤਮਾਮ ਦੇ ਰਿਜ਼ਾ ਕੇ ਬਰਕਤ ਪਾਵੇ। ਜਾਣ ਕੀ ਤਸਮਾ ਕਹਿ ਸੱਚੇ ਦਾ ਕੀ ਹੋਇਆ ਇਰਾ? ਹੈਂ ਹਾਂਜੀ ਨੰਦਾ ਰੇ, ਕਿਵੇਂ ਰੋਂਦਾ? ਡਰਾਮੇ ਕਰਦੇ ਨੇ, ਤੂੰ ਕੀ ਖਾਂਦਾ ਫਿਰਨਾ ਹੈ? ਚਲੀ ਆ ਜਾ, ਪਾਪੜ ਖਤਮ ਹੋ ਗਈ, ਚੀਜ਼ੀਆਂ ਖਾਮ, ਦੂਰ ਚਲੀਏ। ਪੁੱਤ ਪੈ ਪੇ ਕੋਣ ਨਹੀਂ ਸਹੇਲੀ ਬੇਟਾ, ਮੈਂ ਹਾਂ ਤੇਰੀ ਸਹੇਲੀ ਹਾਂ, ਪਰ ਪੈਸੇ ਕੋਣ ਹੁਣ ਦੇ ਖਲੋਵਾਂ ਗਿਆ ਤਾਂ ਖੋਜ ਉਹਦੇ ਵਿੱਚ ਹੀ ਕੋਈ ਨਹੀਂ ਬੇਟਾ, ਖਾਲੀ ਨੇ ਆ ਪਾਟੇ ਹੋ ਜਾ, ਕੋਈ ਨਹੀਂ ਪੈਸਾ ਪਾਟੇ ਹੋ ਖਾਲੀ। ਮੇਰੇ ਪੁੱਤਰ ਤੁਹਾਡੇ ਹੁਣ ਪਾਪੜ ਛਾਪੜ ਚੀਜ਼ਾਂ ਖਾਮ ਹੋ ਗਈ, ਅੰਮੀ ਕੋਲ ਹੈ, ਚਲ ਪਤਾ ਕਰ ਲੈ ਦਿੰਦੇ, ਨਹੀਂ ਤਾਂ ਅੰਮੀ ਕੋਲ ਨਾ 10 ਰੁਪਏ ਆਉਣਗੇ ਉਹਦੇ ਜੇ ਨਾ। ਬੇਗਮ ਜੀ ਨੇ ਇੱਧਰ ਇਹ ਵੀ ਦੁਕਾਨ ਹੈ ਨਾ, ਦੁਕਾਨ ਬੁਰਾ ਥੋੜ੍ਹਾ ਜਿਹਾ ਜਾਣਾ ਸਮਾਨ ਖਿਲਾਉਂਦੇ ਨੇ। ਲੈ ਜੀ ਪੰਜਾਂ ਪੰਜਾਂ ਦੀ ਇਹਨਾਂ ਚੀਜ਼ੀਆਂ ਲੈ ਲਈਆਂ ਤੰਗ ਕਰਦੇ, ਚੱਲ ਦਿੰਦੇ ਹੈ ਨਹੀਂ ਕੋਈ ਨਹੀਂ, ਚੱਲ ਹੋਰ ਲੈ ਦੇਣਾ, ਜਾ ਤੂੰ ਲੈ ਲੈ ਜਾ ਫੋਨ ਦਾ ਖੋਲ ਅੱਧੀ ਅੱਧੀ ਫਿਰ ਕਰ ਲਾ ਦੀ ਬਾਬਾ ਬੰਦੇ ਦੇ, ਹੁਣ ਫਿਰ ਰੋਸ ਹੀ ਗਿਆ। ਚੱਲ ਦੇ ਬਾਈ ਨੀ ਹਾਂਜੀ।